ਸਤ ਕਰੇ ਹਰ ਕੇ ਗੁਣ ਗਾਏ, ਮੰਤਰ ਵਿਸ਼ਵਾਸ ਕਰਮਾਨਿਆ, ਕਰਨ ਹਰ ਨਾਨਕ ਜਾਣਿਆ, ਜਨ ਲਾਗਾ ਹਰ ਇੱਕ ਨਾਏ, ਤਿਸਕੀ ਆਸਨ ਮਿਰਥੀ ਜਾਏ, ਸੇਵਕ ਕੋ ਸੇਵਾ ਬਣਾਏ, ਹੁਕਮ ਬੂਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ, ਜਾਂ ਕੇ ਮਨੁਸਿਆ ਨਿਰੰਕਾਰ, ਬੰਧਨ ਤੋਰ ਭੈ ਨਿਰਵੈਰ, ਅੰਦਰ ਪੂਜੇ ਗੁਰੂ। ਹਰ ਸਾਲ ਦੀ ਤਰ੍ਹਾਂ ਇਸ ਵਾਰ ਫੇਰ ਮਨਦੀਪ ਮੈਮੋਰੀਅਲ ਸਕੂਲ ਦੇ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਮਨੀ ਸਾਹਿਬ ਪਾਠ ਤੋਂ ਆਰੰਭ ਕੀਤੀ ਗਈ। ਅੰਮ੍ਰਿਤ ਬਚਨ ਹਰਿ ਕੇ ਗੁਣ ਗਾਓ, ਪ੍ਰਾਣ ਤਰਨ ਕਾਏ ਸੋ ਆਓ, ਆਠ ਪਹਿਰ ਪ੍ਰਭ ਏਕੋ ਨੀਰਾ, ਮਿਟਿਆ ਗਿਆਨ ਬਿਨਸਿਆ ਹਨੇਰਾ, ਸੁਨ ਉਪਦੇਸ਼ ਸਰਦੇ ਬਸਾਵ, ਮਨ ਛੇ ਨਾਨਕ ਫਲ ਪਾਓ। ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਸ਼ਬਦ ਗਾਇਨ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਉਹਨਾਂ ਬਹੁਤ ਸ਼ਬਦ ਗਾਏ। ਪਾਂਡਿਆਂ ਦੀ ਸੇਵਾ ਸਾਨੂੰ ਬਖਸ਼ੀ ਗੁਰੂ ਮੇਰਿਆ, ਚਰਨਾਂ ਦੇ ਨਾਲ ਲਾ ਕੇ ਹੋ ਕੇ ਮਿਹਰਬਾਨ ਮੇਰਾ ਵਾਲਿਆ, ਝੋਲੀ ਵਿੱਚ ਪਾ ਦੇ ਨਾ ਮਦਾਨ, ਹੋ ਕੇ ਮਿਹਰਬਾਨ ਕਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ, ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਨਾਨਕ ਨੀਵਾ ਜੋ ਚਲੈ ਲਗੇ ਨਾ ਤਾਤੀ, ਕਦੇ ਪਾਏ ਨਾ ਸੀ ਭੁਲੇਖੇ ਨੇ ਦਿਨ ਮਾਰ ਬੇੜਾ ਪਾਰ ਲਗਾ ਲੈ ਤੂੰ ਬੰਦਿਆ ਸਤਿਗੁਰਾਂ ਦੇ ਲੜ ਲੱਗ ਕੇ, ਬੇੜਾ ਪਾਰ ਲਗਾ ਲੈ ਤੂੰ ਬੰਦਿਆ ਸਤਿਗੁਰਾਂ ਦੇ ਲੜ ਲੱਗ ਕੇ। ਇਸ ਮੌਕੇ ਪੰਜਾਬੀ ਲੋਕ ਗਾਇਕ ਮਨਮੋਹਨ ਸਿੰਘ ਪੱਟੀ ਨੇ ਵੀ ਹਾਜ਼ਰੀ ਭਰਦਿਆਂ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਇੱਕ ਵਿਸ਼ੇਸ਼ ਗੀਤ ਗਾਇਆ। ਕਲਗੀਆਂ ਵਾਲਿਆਂ ਤੇਰੀਆਂ ਕੁਰਬਾਨੀਆਂ ਨੇ, ਤੇ ਲਾ ਕੇ ਸੰਗਲ ਗੁਲਾਮੀ ਦਾ ਤੋੜ ਦਿੱਤਾ, ਇੱਕ ਹੱਥ ਮਾਰਾ ਤੇ ਦੂਜੇ ਤਲਵਾਰ ਦੇ ਕੇ, ਤੇ ਸ਼ਕਤੀ ਭਗਤੀ ਨੂੰ ਇਕੱਠੀਆਂ ਜੋੜ ਦਿੱਤਾ, ਤੇ ਸ਼ਕਤੀ ਭਗਤੀ ਨੂੰ ਇਕੱਠੀਆਂ ਜੋੜ ਦਿੱਤਾ। ਸਕੂਲ ਦੇ ਪ੍ਰਿੰਸੀਪਲ ਸਰਦਾਰ ਸਰਬਜੀਤ ਸਿੰਘ ਸੰਧੂ ਨੇ ਵੀ ਆਏ ਹੋਏ ਪਤਵੰਤ ਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਹੋਣਹਾਰ ਵਿਦਿਆਰਥੀਆਂ ਨੂੰ ਉਚੇਚੇ ਤੌਰ 'ਤੇ ਇਨਾਮਾਂ ਦੀ ਵੰਡ ਕਮੇਟੀ ਅਤੇ ਪਤਵੰਤੇ ਸੱਜਣਾਂ ਵੱਲੋਂ ਕੀਤੀ ਗਈ, ਪੇਸ਼ ਕੀਤੀ ਗਈ। ਅਤੇ ਸਕੂਲ ਦੇ ਬਾਰੇ ਤੁਸੀਂ ਜਾਣਦੇ ਹੋ ਕਿ 2006 ਤੋਂ ਇਹ ਸਕੂਲ ਚੱਲ ਰਿਹਾ ਅਤੇ ਲਗਭਗ 18ਵਾਂ ਸਾਲ ਚੱਲ ਰਿਹਾ ਅਤੇ 18ਵੀਂ 10ਵੀਂ ਕਲਾਸ ਚੱਲ ਰਹੀ ਹੈ। ਅਤੇ ਸਾਡੇ ਜਿਹੜੇ ਬੱਚੇ ਇੱਥੋਂ ਪੜ੍ਹ ਕੇ ਗਏ ਨੇ ਉਹ ਬਹੁਤ ਵੱਡੇ ਮੁਕਾਮਾਂ ਤੱਕ ਪਹੁੰਚੇ ਨੇ, ਅਤੇ ਹਰ ਮਾਪੇ ਦੀ ਇੱਛਾ ਹੁੰਦੀ ਆ ਕਿ ਸਾਡਾ ਬੱਚਾ 10ਵੀਂ ਕਰਕੇ ਵਧੀਆ ਗਰੁੱਪ ਦੇ ਵਿੱਚ
ਜਾ ਕੇ ਐਡਮਿਸ਼ਨ ਲਵੇ, ਵਧੀਆ ਪੜ੍ਹਾਈ ਪੜ੍ਹੇ। ਤਾਂ ਮੈਨੂੰ ਇਹ ਮੈਂ ਬੜੇ ਮਾਣ ਨਾਲ ਇਹ ਕਹਿ ਰਿਹਾ ਕਿ ਮੇਰਾ ਸਕੂਲ ਗਰੀਬਾਂ ਦਾ ਸਕੂਲ, ਬਹੁਤ ਲੋੜਵੰਦ ਬੱਚੇ ਪੜ੍ਹਦੇ ਆ ਅਤੇ ਉਹ ਆਪਣੇ ਮੁਕਾਮਾਂ ਤੱਕ ਵੀ ਪਹੁੰਚਦੇ। ਬਹੁਤੇ ਬੱਚੇ ਇਸ ਤਰ੍ਹਾਂ ਦੇ ਨਹੀਂ ਜਿਹੜੇ ਬੱਚੇ ਥੋੜ੍ਹੀਆਂ ਥੋੜ੍ਹੀਆਂ ਫੀਸਾਂ ਵੀ ਨਹੀਂ ਦੇ ਪਾਉਂਦੇ, ਪਰ ਜਿਹੜੇ ਬੱਚੇ ਇੱਥੋਂ ਪੜ੍ਹ ਕੇ ਜਾ ਰਹੇ ਨੇ। ਹੁਣ ਮੈਂ ਪਿਛਲੇ ਸਾਲ ਦੀ ਰਿਜ਼ਲਟ ਦੀ ਗੱਲ ਕਰਨਾ ਕਿ ਸਾਡੇ ਕੋਲ 20 ਬੱਚੇ ਸੀ, 20 ਬੱਚਿਆਂ ਦੇ ਵਿੱਚੋਂ 20 ਦੇ 20 ਪਾਸ ਹੋਏ ਅਤੇ ਉਹਨਾਂ ਵਿੱਚੋਂ 12 ਬੱਚੇ ਅਜਿਹੇ ਨੇ ਜਿਹੜੇ ਅਲੱਗ ਅਲੱਗ ਸਕੂਲਾਂ ਦੇ ਵਿੱਚ ਮੈਡੀਕਲ, ਨੋਨ ਮੈਡੀਕਲ, ਕਮਰਸ ਸਟ੍ਰੀਮ ਦੇ ਵਿੱਚ ਪੜ੍ਹ ਰਹੇ ਨੇ। ਅਤੇ ਇਹ ਰਿਜ਼ਲਟ ਕਿਸੇ ਵੀ ਸਕੂਲ ਦੇ ਲਈ ਮਾਣ ਵਾਲੀ ਗੱਲ। ਅਸੀਂ ਬੱਚਿਆਂ ਨੂੰ ਸਿੱਧੀ ਸੇਧ ਦਿੰਦੇ ਹਾਂ, ਕਈ ਵਾਰ ਸਾਡੇ ਨਾਲ ਪੇਰੈਂਟਸ ਦੀ ਕੰਟਰਾਸਟਬਾਜ਼ੀ ਵੀ ਹੋ ਜਾਂਦੀ ਆ। ਜਦੋਂ ਅਸੀਂ ਸਕੂਲ ਦੇ ਵਿੱਚ ਬੱਚਿਆਂ ਨੂੰ ਕੋਈ ਚੈਨ ਪਾ ਕੇ ਆਉਂਦਾ, ਕੋਈ ਵਾਲਾਂ ਦੀ ਕਟਿੰਗ ਗਲਤ ਕਰਾ ਕੇ ਆਉਂਦਾ, ਕੋਈ ਕੱਪੜੇ ਸਹੀ ਨਹੀਂ ਪਾ ਕੇ ਆਉਂਦਾ, ਤਾਂ ਅਸੀਂ ਉਸਨੂੰ ਪੁਆਇੰਟ ਆਊਟ ਕਰਦੇ ਹਾਂ। ਕਈ ਵਾਰ ਸਾਡੇ ਨਾਲ ਪੇਰੈਂਟਸ ਵੀ ਇਸ ਚੀਜ਼ 'ਤੇ ਗੁੱਸੇ ਹੋ ਜਾਂਦੇ, ਪਰ ਜੇਕਰ ਸਕੂਲ ਦਾ ਅਧਿਆਪਕ ਇਸ ਚੀਜ਼ ਨੂੰ ਨਹੀਂ ਸੁਧਾਰੇਗਾ ਤਾਂ ਫਿਰ ਕੌਣ ਸੁਧਾਰੇਗਾ? ਤਾਂ ਇਹ ਸਾਡੀ ਡਿਊਟੀ ਬਣਦੀ ਆ ਕਿ ਬੱਚਿਆਂ ਨੂੰ ਸਹੀ ਸੇਧ ਦੇਣਾ। ਅਤੇ ਉਮੀਦ ਕਰਦੇ ਹਾਂ ਤੁਸੀਂ ਸਾਡੇ ਨਾਲ ਸਹਿਯੋਗ ਕਰੋ, ਅਸੀਂ ਇਸ ਸਕੂਲ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਵਾਂਗੇ। ਪਿਛਲੇ ਸਾਲ ਤੋਂ ਇਸ ਸਾਲ ਦੇ ਵਿੱਚ ਪਹੁੰਚਦੇ ਅਸੀਂ 3 ਕਲਾਸਰੂਮ ਜਿਹੜੇ ਡਿਜੀਟਲ ਕਰ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਔਨਲਾਈਨ ਕਲਾਸਿਸ ਦੁਆਰਾ ਪੜ੍ਹਾਈ ਹੁੰਦੀ ਆ। ਇਸ ਤੋਂ ਬਿਨਾਂ ਇੱਕ ROT ਰੂਮ ਬਣਾ ਦਿੱਤਾ, ਜਿਸ ਦੇ ਵਿੱਚ ਜਿਹੜੇ 10ਵੀਂ ਕਲਾਸ ਵਾਲੇ ਵਿਦਿਆਰਥੀ ਆ, 8ਵੀਂ 9ਵੀਂ ਵੱਡੀਆਂ ਕਲਾਸਾਂ ਦੇ ਵਿਦਿਆਰਥੀ ਆ, ਮੈਥ ਸਾਇੰਸ ਦੀਆਂ ਕਲਾਸਿਸ ਜਿਹੜੀਆਂ ਨੇ ਔਨਲਾਈਨ ਲੈਂਦੇ ਨੇ, ਜਿਹੜੇ ਐਕਸਪਰਟਸ ਨੇ, ਜਿਹੜੇ ਆਪਣੇ ਆਪਣੇ ਵਿਸ਼ਿਆਂ ਦੇ ਮਾਹਰ ਆ, ਉਹਨਾਂ ਤੋਂ ਪੜ੍ਹਾਇਆ ਜਾਂਦਾ ਉਹਨਾਂ ਨੂੰ। ਤਾਂ ਅਸੀਂ ਆਪਣੇ ਵਿੱਚ ਬਹੁਤ ਸੁਧਾਰ ਕਰ, ਪਰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਇਸ ਵਾਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅਸੀਂ 29 ਤਰੀਕ ਤੱਕ ਸਕੂਲ ਦੇ ਵਿੱਚ ਦਾਖਲਾ ਫ੍ਰੀ ਕੀਤਾ ਸੀ ਅਤੇ ਅਸੀਂ ਉਸ ਨੂੰ 9 ਮਾਰਚ ਤੱਕ ਫ੍ਰੀ ਕਰ ਰਹੇ ਹਾਂ। ਜਿਹੜਾ ਵੀ ਬੱਚਾ ਕੋਈ ਲੋੜਵੰਦ ਦਾਖਲ ਹੋਣਾ ਚਾਹੁੰਦਾ ਸਕੂਲ ਦੇ ਵਿੱਚ, ਤਾਂ ਉਸ ਦੇ ਲਈ 9 ਮਾਰਚ ਤੱਕ ਦੀ ਡੈਡਲਾਈਨ ਆ, 9 ਮਾਰਚ ਤੱਕ ਸਕੂਲ ਦੇ ਵਿੱਚ ਆ ਕੇ ਦਾਖਲਾ ਲੈ ਲਵੇ। ਉਸਨੂੰ ਕੋਈ ਵੀ ਫੀਸ ਉਦੋਂ ਚਾਰਜ ਨਹੀਂ ਕੀਤੀ ਜਾਵੇ, ਸਿਰਫ ਕੇਵਲ ਸਕੂਲ ਦੀ ਫੀਸ ਜਮ੍ਹਾਂ ਕਰਾਵੇ ਅਤੇ ਕਲਾਸ ਦੇ ਵਿੱਚ ਬੈਠ ਜਾਵੇ। ਅਤੇ ਸਾਰਿਆਂ ਨੇ ਤੁਸੀਂ ਬਹੁਤ ਸਹਿਯੋਗ ਦਿੱਤਾ ਹੁਣ ਤੱਕ, ਅਤੇ ਉਮੀਦ ਕਰਾਂਗੇ ਕਿ ਅੱਗੇ ਵੀ ਤੁਸੀਂ ਸਹਿਯੋਗ ਦਿਓ। ਧੰਨਵਾਦ। ਥੈਂਕ ਯੂ ਵੈਰੀ ਮੱਚ।